ਅਸੀਂ ਇੰਨੇ ਖਤਰਨਾਕ ਖਾਲਸਾ ਏਡ ਜਥੇਬੰਦੀ ਆ, ਬਚ ਕੇ ਰਹੋ ਸਾਡੇ ਕੋਲੋਂ, ਜੇ ਨਹੀਂ ਬਚ ਕੇ ਰਹੇ ਤੁਹਾਡੇ ਘਰ ਆ ਕੇ ਅਸੀਂ ਲੰਗਰ ਛਕਾ ਦੇਵਾਂਗੇ ਤੁਹਾਨੂੰ। ਤੁਸੀਂ ਇਸ ਘਰ ਨੂੰ ਦੇਖ ਕੇ ਮਤਲਬ ਸਮਝ ਹੀ ਸਕਦੇ ਆ ਕਿ ਉਹਨਾਂ ਦਾ ਜੀਵਨ ਕਿੰਨਾ ਸਾਦਾ ਹੋਊਗਾ। ਮੇਰੇ ਭੂਆ ਜੀ ਦੇ ਬੇਟੇ ਨੇ ਰਵੀ ਸਿੰਘ ਜੀ ਇੱਥੇ ਜੰਮੇ, ਇਹ ਉਹਨਾਂ ਦਾ ਜੱਦੀ ਘਰ ਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ। ਅਸੀਂ ਨਿੱਕੇ ਨਿੱਕੇ ਹੁੰਦੇ ਇੱਥੇ ਰਹੇ ਹਾਂ, ਜ਼ਿਆਦਾ ਥੋੜ੍ਹਾ ਚਿਰ ਪੜ੍ਹਨ ਇਹਨਾਂ ਦਾ ਨਾਨਕਾ ਪਿੰਡ ਕਿਹੜਾ ਸੀ ਸਾਨੂੰ ਉਹ ਵੀ ਦੱਸ। ਤਾਂ ਬਹੁਤ ਜਿਹੜੇ ਨਾ ਜਿਹੜੇ ਖਾਲਸਾ ਜੀ ਦੇ ਪ੍ਰਤੀ ਨੈਗੇਟਿਵ ਕਮੈਂਟ ਕਰਦੇ ਆ ਜਾਂ ਕਈ ਇੱਦਾਂ ਦੇ ਹੈਗੇ ਆ, ਦੇਖੋ ਜੀ 70 ਤੋਂ 75 ਲੱਖ ਇੱਕ ਸਾਲ ਦੇ ਵਿੱਚ ਜਿਹੜਾ ਪੰਜਾਬ ਦੇ ਕਰੋੜਾਂ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਅਨੰਦਪੁਰ, ਹੁਣ ਇਸ ਵੇਲੇ ਕਿਸਾਨ ਅੰਦੋਲਨ 'ਚ ਉਹਨਾਂ ਦਾ ਪੂਰਾ ਜ਼ੋਰ ਆ, ਪੂਰਾ ਉੱਥੇ ਕੱਪੜੇ